ਉਹ ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ। ਸਤਿਸ਼੍ਰੀਅਕਾਲ, ਤੁਸੀਂ ਦੇਖ ਰਹੇ ਚੈਨਲ ਸ਼ਾਨ ਪੰਜਾਬੀ। ਲੋ ਜੀ, ਗੱਲ ਕਰਦੇ ਆ ਜੱਸ ਬਾਜਵਾ ਦੇ ਬਾਰੇ ਤੋਂ। ਜਿਵੇਂ ਤੁਹਾਨੂੰ ਪਤਾ ਹੀ ਕਿ ਹਾਲਾਂ ਦੇ ਵਿੱਚ ਹੀ ਬੰਗਾ ਦੇ ਵਿੱਚ ਵੀ ਕਿਸਾਨ ਰੈਲੀ ਦੇਖਣ ਨੂੰ ਮਿਲੀ, ਜਿਸ ਦੇ ਵਿੱਚ ਭਾਰੀ ਮਾਤਰਾ ਦੇ ਵਿੱਚ ਕਿਸਾਨ ਪਹੁੰਚੇ, ਪਰ ਜਿੱਥੇ ਕਿਸਾਨਾਂ ਦੇ ਵੱਲੋਂ ਇੰਨਾ ਭਰਵਾਂ ਹੁੰਗਾਰਾ ਦਿੱਤਾ ਗਿਆ ਇਸ ਰੈਲੀ ਨੂੰ, ਉੱਥੇ ਹੀ ਕੁਝ ਜੇਬ ਕਤਰੇ ਵੀ ਮੌਜੂਦ ਸਨ ਜਿਨ੍ਹਾਂ ਦੇ ਵੱਲੋਂ ਕਾਫੀ ਲੋਕਾਂ ਦੇ ਮੋਬਾਈਲ ਖੋਹੇ ਗਏ। ਇਹ ਅਸੀਂ ਨਹੀਂ ਕਹਿ ਰਹੇ, ਇਹ ਕਹਿ ਰਹੇ ਨੇ ਖੁਦ ਜੱਸ ਬਾਜਵਾ। ਤੇ ਇਹਨਾਂ ਸਮੇਂ ਦੇ ਦੌਰਾਨ ਹੀ ਜੱਸ ਬਾਜਵਾ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਉਹਨਾਂ ਦੇ ਜੇਬ ਦੇ ਵਿੱਚੋਂ ਵੀ ਉਸ ਰੈਲੀ ਦੇ ਦੌਰਾਨ ਕੁਝ ਜੇਬ ਕਤਰਾਂ ਦੇ ਵੱਲੋਂ ਉਹਨਾਂ ਦਾ ਫੋਨ ਕੱਢ ਲਿੱਤਾ ਗਿਆ ਅਤੇ ਜੱਸ ਬਾਜਵਾ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਜ਼ਾਹਿਰ ਕੀਤੀ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਉਹਨਾਂ ਦਾ ਫੋਨ ਬਹੁਤ ਜ਼ਿਆਦਾ ਜ਼ਰੂਰੀ ਹੈ, ਇਸ ਲਈ ਜਿਸ ਦੇ ਕੋਲ ਵੀ ਉਹਨਾਂ ਦਾ ਫੋਨ ਹੈ ਉਹਨਾਂ ਨੂੰ ਵਾਪਸ ਕਰ ਦਿੱਤਾ ਜਾਵੇ। ਤੇ ਨਾਲ ਦੀ ਨਾਲ ਉਹਨਾਂ ਨੇ ਇਨਾਮ ਵੀ ਰੱਖਿਆ ਹੈ ਕਿ ਜੋ ਵੀ ਉਹਨਾਂ ਦਾ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਦੇਵੇਗਾ ਉਸ ਨੂੰ ਨਗਦੀ ਇਨਾਮ ਵੀ ਦਿੱਤਾ ਜਾਵੇਗਾ। ਆਓ ਤੁਹਾਨੂੰ ਦਿਖਾਉਂਦੇ ਹਾਂ ਕੀ ਹੈ ਪੂਰੀ ਜਾਣਕਾਰੀ। ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ, ਤੁਹਾਡੇ ਨਾਲ ਇੱਕ ਬਹੁਤ ਜ਼ਰੂਰੀ ਗੱਲ ਸ਼ੇਅਰ ਕਰਨੀ ਹੈ। ਅੱਜ ਵੰਗਿਆਂ ਦੇ ਵਿੱਚ ਮਹਾਂ ਪੰਚਾਇਤ ਸੀ, ਰੈਲੀ ਸੀ ਜਿੱਥੇ ਅਸੀਂ ਸਾਰੇ ਪਹੁੰਚੇ ਹੋਏ ਸੀ। ਮੈਂ ਜਦੋਂ ਸਟੇਜ ਤੋਂ ਥੱਲੇ ਉਤਰਿਆ ਸੀਗਾ ਆਪਦੀ ਸਪੀਚ ਕਰਕੇ, ਤਾਂ ਉਸ ਦਰਮਿਆਨ ਮੇਰੀ ਜੇਬ 'ਚੋਂ ਕਿਸੇ ਨੇ ਮੇਰਾ ਫੋਨ ਹੈ ਜਿਹੜਾ ਉਹ ਕੱਢ ਲਿਆ। ਉੱਥੇ ਹੋਰ ਵੀ ਬੜੇ ਫੋਨ ਨਿਕਲੇ, ਤਾਂ ਉਹ ਮੇਰਾ ਵੀ ਉੱਥੇ ਫੋਨ ਕਿਸੇ ਨੇ ਕੱਢ ਲਿਆ। ਤਾਂ ਮੈਂ ਬੇਨਤੀ ਕਰਦਾ ਵੀ ਜਿਹਦੇ ਕੋਲ ਵੀ ਮੇਰਾ ਫੋਨ ਹੈ ਉਹ ਪਲੀਜ਼ ਮੈਨੂੰ ਵਾਪਸ ਕਰ ਦੇਵੇ, ਕਿਉਂਕਿ ਇਹਦੇ 'ਚ ਬਹੁਤ ਜ਼ਰੂਰੀ ਮੇਰੇ ਨੰਬਰ ਨੇ ਜਿਹੜੇ ਮੇਰੇ ਬਹੁਤ ਬਹੁਤ ਹੀ ਜ਼ਿਆਦਾ ਜ਼ਰੂਰੀ ਨੇ, ਨਹੀਂ ਤਾਂ ਮੈਂ ਵੀਡੀਓ ਬਣਾਉਣੀ ਨਹੀਂ ਸੀ। ਮੈਨੂੰ ਉਹਨਾਂ ਨੰਬਰਾਂ ਦੀ ਬਹੁਤ ਲੋੜ ਹੈ, ਕਿਉਂਕਿ ਕਿਸਾਨੀ ਸੰਘਰਸ਼ ਦੇ ਵਿੱਚ ਜਥੇਬੰਦੀਆਂ ਨਾਲ ਆਉਣ ਵਾਲੇ ਦਿਨਾਂ ਦੇ ਵਿੱਚ ਟਾਈ ਅਪ ਕਰਨ ਲਈ ਸਾਰੇ ਉਹ ਜਥੇਬੰਦੀਆਂ ਦੇ ਨੰਬਰ ਸੰਘਰਸ਼ ਦੇ ਰਿਲੇਟਡ, ਇੰਡਸਟਰੀ ਦੇ ਰਿਲੇਟਡ ਜਾਂ ਹੋਰ ਵੀ ਮੇਰੀਆਂ ਉਹਨਾਂ ਫੋਨ ਦੇ ਵਿੱਚ ਬਹੁਤ ਜ਼ਰੂਰੀ ਡਾਕੂਮੈਂਟ ਨੇ, ਫਾਈਲਾਂ ਨੇ, ਮੇਰੇ ਗੀਤ ਲਿਖੇ ਹੋਏ ਆ ਬਹੁਤ ਸਾਰੇ, ਰਿਕਾਰਡ ਕੀਤੇ ਹੋਏ ਆ ਉਹਦੇ ਵੋਇਸ ਰਿਕਾਰਡਰ ਦੇ ਵਿੱਚ। ਸੋ ਤਾਂ ਕਰਕੇ ਉਹ ਚੀਜ਼ਾਂ ਮੇਰੇ ਲਈ ਬਹੁਤ ਜ਼ਰੂਰੀ ਨੇ। ਜਿਸ ਵੀ ਵੀਰ ਕੋਲ ਮੇਰਾ ਫੋਨ ਹੈ ਉਹ ਪਲੀਜ਼ ਮੈਨੂੰ ਵਾਪਸ ਕਰ ਦੇਵੇ। 1,00,000 ਰੁਪਏ ਦਾ ਜਿਹੜਾ ਨਗਦ ਇਨਾਮ ਹੈ, ਫੋਨ ਦੀ ਕੀਮਤ ਹੈ, ਉਸ ਵੀਰ ਨੂੰ ਦਿੱਤੀ ਜਾਊਗੀ ਅਤੇ ਉਹਦਾ ਨਾਂ ਹੈ ਜਿਹੜਾ ਬਿਲਕੁਲ ਗੁਪਤ ਰੱਖਿਆ ਜਾਊਗਾ, ਪਰ ਉਹ ਅੱਜ ਕੱਲ੍ਹ ਦੇ ਵਿੱਚ ਵਿੱਚ ਉਹ ਮੇਰਾ ਫੋਨ ਵਾਪਸ ਕਰ ਦੇਵੇ। ਅਤੇ ਜੇ ਉਹ ਪਾਰਸਲ ਕਰਨਾ ਚਾਹੁੰਦਾ ਤਾਂ ਮੈਂ ਨੰਬਰ ਸ਼ੇਅਰ ਕਰ ਰਿਹਾ, ਉਹਦੇ 'ਤੇ ਸਾਡੇ ਨਾਲ ਕੋਂਟੈਕਟ ਕਰ ਲਵੇ ਜਿੱਦਾਂ ਵੀ ਉਹ ਕੰਫਰਟੇਬਲ ਹੈ, ਸਾਨੂੰ ਉਹ 'ਚ ਕੋਈ ਪ੍ਰੋਬਲਮ ਨਹੀਂ। ਮੈਂ ਰਿਕੁਐਸਟ ਕਰਦਾ ਜਿਹਦੇ ਕੋਲ ਵੀ ਮੇਰਾ ਫੋਨ ਹੈ ਉਹ ਮੇਰਾ ਫੋਨ ਵਾਪਸ ਕਰ ਦੇਵੇ, ਉਹਦੇ 'ਚ ਬਹੁਤ ਮੇਰੇ ਜ਼ਰੂਰੀ ਡਾਕੂਮੈਂਟ ਨੇ। ਜਿਹਨੂੰ ਵੀ ਜਾਂ ਕਿਸੇ ਨੂੰ ਪਤਾ ਹੈ, ਇਨਫੋਰਮੇਸ਼ਨ ਹੈ ਵੀ ਕਿਹਦੇ ਕੋਲ ਹੈ, ਉਹ ਜ਼ਰੂਰ ਫੋਨ ਕਰਕੇ ਦੱਸੇ, ਬਹੁਤ ਮਿਹਰਬਾਨੀ, ਥੈਂਕ ਯੂ। ਜੀ ਹਾਂ, ਇਹ ਵੀਡੀਓ ਹੈ ਜੱਸ ਬਾਜਵਾ ਦੀ, ਜਿਸ ਦੇ ਵਿੱਚ ਜੱਸ ਬਾਜਵਾ ਕਹਿ ਰਹੇ ਨੇ ਕਿ ਉਹਨਾਂ ਦਾ ਮੋਬਾਈਲ ਉਹਨਾਂ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੈ ਕਿਉਂਕਿ ਉਹਨਾਂ ਦੇ ਨਾਲ ਜੁੜਿਆ ਹੋਇਆ ਸਾਰਾ ਡਾਟਾ ਉਸ ਫੋਨ ਦੇ ਵਿੱਚ ਮੌਜੂਦ ਹੈ ਤੇ ਜੋ ਵੀ ਉਹਨਾਂ ਦਾ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਕਰੇਗਾ ਉਸ ਨੂੰ 1,00,000 ਦਾ ਇਨਾਮ ਦਿੱਤਾ ਜਾਵੇਗਾ। ਹਾਲਾਂਕਿ ਹਾਲੇ ਤੱਕ ਜੱਸ ਬਾਜਵਾ ਦੇ ਵੱਲੋਂ ਇਸ ਪੋਸਟ ਤੋਂ ਬਾਅਦ ਕੋਈ ਇਹੋ ਜਿਹੀ ਪੋਸਟ ਸਾਂਝੀ ਨਹੀਂ ਕੀਤੀ ਹੈ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੋਵੇ ਕਿ ਉਹਨਾਂ ਦਾ ਮੋਬਾਈਲ ਫੋਨ ਮਿਲ ਗਿਆ ਹੈ, ਯਾਨੀ ਇਹ ਕਿਹਾ ਜਾ ਸਕਦਾ ਕਿ ਹਾਲੇ ਤੱਕ ਉਹਨਾਂ ਦਾ ਮੋਬਾਈਲ ਫੋਨ ਉਹਨਾਂ ਨੂੰ ਵਾਪਸ ਨਹੀਂ ਹੋਇਆ ਹੈ, ਯਾਨੀ ਉਹਨਾਂ ਦਾ ਫੋਨ ਨਹੀਂ ਮਿਲਿਆ ਹੈ। ਤੇ ਇਹਨਾਂ ਸਮੇਂ ਦੇ ਵਿੱਚ ਜੋ ਪੰਜਾਬੀ ਗਾਇਕ ਕਿਸਾਨੀ ਸੰਘਰਸ਼ ਨੂੰ ਪੂਰਾ ਸਪੋਰਟ ਕਰ ਰਹੇ ਹਨ, ਸਾਡਾ ਵੀ ਫਰਜ਼ ਬਣਦਾ ਹੈ ਕਿ ਅਸੀਂ ਆਪਣੇ ਮਾਧਿਅਮ ਦੇ ਰਾਹੀਂ ਇਹੋ ਜਿਹੇ ਗਾਇਕਾਂ ਦੀ ਮਦਦ ਕਰੀਏ। ਤੇ ਜੱਸ ਬਾਜਵਾ ਵੀ ਕਿਸਾਨੀ ਸੰਘਰਸ਼ ਨੂੰ ਲਗਾਤਾਰ ਸਪੋਰਟ ਕਰ ਰਹੇ ਹਨ ਤੇ ਇਹਨਾਂ ਸਮੇਂ ਦੇ ਵਿੱਚ ਜੇਕਰ ਉਹਨਾਂ ਦਾ ਕੋਈ ਨੁਕਸਾਨ ਹੁੰਦਾ ਹੈ ਤਾਂ ਅਸੀਂ ਉਹਨਾਂ ਦੀ ਮਦਦ ਕਰ ਸਕੀਏ। ਤਾਂ ਫਿਲਹਾਲ ਜੇਕਰ ਕਿਸੇ ਨੂੰ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਵੀ ਕੋਈ ਜਾਣਕਾਰੀ ਮਿਲੀ ਹੈ ਜੱਸ ਬਾਜਵਾ ਦੇ ਫੋਨ ਦੇ ਨਾਲ ਜੁੜੀ ਹੋਈ ਤਾਂ ਉਹਨਾਂ ਦੀ ਇਸ ਵੀਡੀਓ ਦੇ ਨਾਲ ਜੁੜੀ ਹੋਈ ਜਾਣਕਾਰੀ ਦੇ ਹਿਸਾਬ ਦੇ ਨਾਲ ਉਹਨਾਂ ਨੂੰ ਉਹਨਾਂ ਦਾ ਫੋਨ ਵਾਪਸ ਕਰ ਦਿੱਤਾ ਜਾਵੇ। ਜਲਦੀ ਤੋਂ ਜਲਦੀ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਤੁਹਾਨੂੰ ਵਧੀਆ ਤੋਂ ਵਧੀਆ ਅਪਡੇਟਸ ਮਿਲਦੀਆਂ ਰਹਿਣ ਤੇ ਬੈਲ ਆਈਕਨ ਨੂੰ ਪ੍ਰੈਸ ਕਰਨਾ ਬਿਲਕੁਲ ਵੀ ਨਾ ਭੁੱਲਿਓ।